ਨੌਜਵਾਨ ਪਿਆ ਵਾ, ਕੀ ਨਾਲ ਲਈਦਾ ਇੰਜੈਕਸ਼ਨ ਉਹਦੇ ਤਲ ਡਿੱਗੇ ਨੇ ਉੱਥੇ, ਕੀ ਨਾਲ ਦਾ ਮੈਨੂੰ ਲੱਗਦਾ ਡੈਥ ਹੋ ਚੁੱਕੀ ਆ ਉਹਦੀ। ਪੰਜਾਬ ਦੀ ਨੌਜਵਾਨੀ ਜਿਹੜੀ ਆ ਇਸ ਤਰ੍ਹਾਂ ਨਸ਼ੇ 'ਚ ਮਰ ਰਹੀ ਆ, ਮੈਨੂੰ ਲੱਗਦਾ 25-26 ਸਾਲ ਤੋਂ ਘੱਟ ਉਮਰ ਦਾ ਬੱਚਾ ਵਾ। ਇੱਕ ਮੁੰਡਾ ਵਾ ਕੋਈ 20-25 ਸਾਲ ਦਾ ਵਾ ਅਤੇ ਨਸ਼ੇ ਨਾਲ ਉਹਦੀ ਡੈਥ ਹੋ ਗਈ ਆ। ਆਧਾਰ ਕਾਰਡ ਇਹਦਾ ਮਿਲਿਆ ਲੜਕੇ ਦਾ, ਅਭੀ ਸ਼ਰਮਾ ਇਹਦਾ ਸਰ ਨਾਂ ਹੈ ਜੀ, ਇਹਦੇ ਫਾਦਰ ਸਾਹਿਬ ਦਾ ਨਾਮ ਆ ਰਾਮਪਾਲ ਸ਼ਰਮਾ। ਇਹ ਗਲੀ ਦੇਵਾ ਸਿੰਘ ਬਾਜ਼ਾਰ ਲੁਹਾਰਾਂ ਵਾਲਾ ਚੌਂਕ ਲਛਮਣ ਸਰ ਅੰਮ੍ਰਿਤਸਰ ਦਾ ਰਹਿਣ ਵਾਲਾ ਆਧਾਰ ਕਾਰਡ ਦੇ ਮੁਤਾਬਕ। ਮੇਰਾ ਨਾਂ ਸੁਖਜੀਤ ਸਿੰਘ ਆ, ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਪਿੰਡ ਹਰਦੋ ਝੰਡੇ ਆ। ਸਵੇਰੇ ਜਿਹੜਾ ਵਾ ਇਹ ਜੀ ਸਟਾਰ ਦੇ ਸਾਹਮਣੇ ਅਪੋਜਿਟ ਸਾਈਡ 'ਤੇ ਟਰੱਕ ਲਏ ਆ, ਇੱਥੇ ਇੱਕ ਨੌਜਵਾਨ ਪਿਆ ਵਾ, ਕੀ ਨਾਲ ਲਈਦਾ ਇੰਜੈਕਸ਼ਨ ਉਹਦੇ ਤਲ ਡਿੱਗੇ ਨੇ ਉੱਥੇ, ਕੀ ਨਾਲ ਦਾ ਮੈਨੂੰ ਲੱਗਦਾ ਡੈਥ ਹੋ ਚੁੱਕੀ ਆ ਉਹਦੀ। ਔਰ ਕਾਫੀ ਦੇਰ ਵੀ ਪੁਲਿਸ ਨੂੰ ਫੋਨ ਕੀਤਾ ਆਪਾਂ, ਅੱਧਾ ਘੰਟਾ ਹੋ ਗਿਆ ਵਾ, ਹਾਲ ਤੱਕ ਪੁਲਿਸ ਅਧਿਕਾਰੀ ਆਇਆ ਨਹੀਂ, ਆਉਣ ਡਏ ਨੇ। ਪੰਜਾਬ ਦੀ ਨੌਜਵਾਨੀ ਜਿਹੜੀ ਆ ਇਸ ਤਰ੍ਹਾਂ ਨਸ਼ੇ 'ਚ ਮਰ ਰਹੀ ਆ, ਮੈਨੂੰ ਲੱਗਦਾ 25-26 ਸਾਲ ਤੋਂ ਘੱਟ ਉਮਰ ਦਾ ਬੱਚਾ ਵਾ। ਔਰ ਇੱਥੇ ਪਿਆ ਵਾ ਮਤਲਬ ਕੀੜਿਆਂ ਮਕੌੜਿਆਂ ਲੱਗਦਾ, ਬੜੇ ਲੋਕਾਂ ਨੂੰ ਆਪਾਂ ਫੋਟੋਆਂ ਪਾਈਆਂ ਵਾ ਇੱਥੇ, ਲੋਕ ਜਿੰਨੇ ਵੀ ਆਏ ਸਭ ਨੂੰ ਪਛਾਣ ਕਰਾਉਣ ਦੀ ਕੋਸ਼ਿਸ਼ ਕੀਤੀ, ਹਾਲ ਤੱਕ ਪਛਾਣ 'ਚ ਨਹੀਂ ਆਇਆ। ਤਾਂ ਹੀ ਆਪਾਂ ਖੜ੍ਹੇ ਹਾਂ ਕਿ ਪੁਲਿਸ ਆ ਜਾਏ ਔਰ ਆਪਣੀ ਕਾਰਵਾਈ ਕਰ ਲਏ, ਜੇ ਆਪਾਂ ਉਸ ਤੋਂ ਬਾਅਦ ਜਿਹੜੀ ਇਹਦੀ ਜਿਵੇਂ ਤਲਾਸ਼ੀ ਵਗੈਰਾ ਲਈ ਜਾਓ, ਆਧਾਰ ਕਾਰਡ ਜੋ ਮਿਲੂ ਇਹਦੇ ਕੋਲ, ਉਹ ਤੋਂ ਆਪਾਂ ਪਤਾ ਲੱਗ ਸਕਦਾ ਵੀ ਕਿੱਥੋਂ ਦਾ ਵਾ। ਇੰਜੈਕਸ਼ਨ ਪਏ ਨੇ ਲਾਗੇ, ਦਿਖਾਈ ਦੇ ਰਿਹਾ ਜੋ ਪ੍ਰੀਲਿਮਿਨਰੀ ਐਵੀਡੈਂਸ ਆ ਉਹ ਤੋਂ ਦਿਖਾਈ ਦੇ ਰਿਹਾ ਕਿ ਇੰਜੈਕਸ਼ਨ ਦੀ ਡੈਥ ਹੋਈ ਆ। ਦੋ ਇੰਜੈਕਸ਼ਨ ਲਾਗੇ ਪਏ, ਇੱਕ ਲੱਗਾ ਵਾ ਅਤੇ ਕਿਹੜਾ ਉਤਰਾ ਖਾਲੀ ਪਿਆ ਵਾ। ਕਿੰਨੇ ਵਜੇ ਪਤਾ ਲੱਗਾ ਸੀ? ਇਹ ਮੈਨੂੰ ਪਤਾ ਲੱਗਾ ਕੋਈ 8:30 ਵਜੇ ਨਾਲ ਪਤਾ ਲੱਗਾ, ਅਤੇ ਆਪਾਂ ਇੱਥੇ ਆਏ ਹਾਂ ਜਿਹੜੇ ਸੈਰ ਕਰਦੇ ਬੰਦੇ ਉਹਨਾਂ ਵੇਖਿਆ ਕੋਈ ਰਾਹੀਗੀਰ ਜਾਣ ਡਿਆ, ਦੱਸਿਆ ਵੀ ਆਹ ਗੱਲ ਆ ਵੀ ਇੱਥੇ ਬੰਦਾ ਪਿਆ ਵਾ। ਮੈਂ ਆਣ ਕੇ ਪੁਲਿਸ ਨੂੰ ਕਾਲ ਕੀਤੀ ਕਿਨਾਲ ਦਾ ਅਤੇ ਵੀ ਆਓ ਇੱਥੇ ਆਹ ਗੱਲ ਆ, ਅਤੇ ਪਰ ਹਾਲ ਤੱਕ ਆਇਆ ਕੋਈ ਨਹੀਂ ਗਾ। ਹਾਂਜੀ, ਮੇਰਾ ਨਾਂ ਰਣਜੀਤ ਸਿੰਘ ਜੀ, ਪਿੰਡ ਹਰਦੋ ਝੰਡੇ। ਕੀ ਦੇਖਿਆ ਸਵੇਰੇ? ਅਸੀਂ ਨਾ ਸਵੇਰੇ ਹੁਣੇ ਸਾਨੂੰ ਪਤਾ ਲੱਗਾ, ਫੋਨ ਕੀਤਾ ਇੱਥੋਂ ਵੀ ਇੱਥੇ ਇੱਕ ਮੁੰਡਾ ਵਾ ਕੋਈ 20-25 ਸਾਲ ਦਾ ਵਾ ਅਤੇ ਨਸ਼ੇ ਨਾਲ ਉਹਦੀ ਡੈਥ ਹੋ ਗਈ ਆ, ਅਤੇ ਅਸੀਂ ਉੱਥੋਂ ਫਿਰ ਆਏ ਹਾਂ ਵੇਖਣ ਇਹਨਾਂ ਨੂੰ, ਸਾਡੇ 'ਚ ਕੋਈ ਪਛਾਣ 'ਚ ਨਹੀਂ ਆ ਰਿਹਾ ਅਜੇ ਤੱਕ ਕੌਣ ਆ। ਅਤੇ ਟੀਕੇ ਪਏ ਨੇ ਲਾਗੇ, ਪਾਣੀ ਦੀ ਬੋਤਲ ਵੀ ਪਈ ਹੈ, ਇੱਕ ਟੀਕਾ ਉਹਨੇ ਲਾ ਲਿਆ ਵਾ ਅਤੇ ਇੱਕ ਟੀਕਾ ਉੱਦਾਂ ਭਰਿਆ ਪਿਆ ਅਜੇ, ਅਤੇ ਇਹੋ ਕੁਛ ਦੇਖਿਆ। ਬਾਕੀ ਪੁਲਿਸ ਨੂੰ ਪ੍ਰਧਾਨ ਸਾਹਿਬ ਨੇ ਫੋਨ ਕੀਤਾ, ਨਹੀਂ ਅਜੇ ਤੱਕ ਪਹੁੰਚੀ ਨਹੀਂ ਪੁਲਿਸ, ਪਹੁੰਚਣੀ ਵਾਲੀ ਆ ਗਈ ਹੈ। ਹਾਂਜੀ ਸਰ, ਆਪਣਾ ਨਾਮ ਦੱਸੋ। ਮੈਂ ਸੁਖਜਿੰਦਰ ਸਿੰਘ, SHO ਸਦਰ ਬਟਾਲਾ। ਸਰ, ਡੈਡ ਬੋਡੀ ਗਈ ਹੈ, ਕੀ ਹਾਲਤ ਹੈ? ਅੱਜ ਨਾ ਹੁਣੇ ਸੂਚਨਾ ਮਿਲੀ ਸੀ ਕਿ ਡੈਡ ਬੋਡੀ ਜਿਹੜੀ ਆਪਣੇ ਇੱਥੇ ਪਈ ਆ ਹਾਈਵੇ 'ਤੇ ਨੇੜੇ ਬੈਲਾਵੀਟਾ ਹੋਟਲ, ਉਹ ਸੂਚਨਾ ਮਿਲਣ 'ਤੇ ਮੈਂ ਵੀ ਪਹੁੰਚਿਆ ਇੱਥੇ, ਆਣ ਕੇ ਦੇਖਿਆ ਇਹਦੇ ਆਧਾਰ ਕਾਰਡ ਇਹਦਾ ਮਿਲਿਆ ਲੜਕੇ ਦਾ, ਅਭੀ ਸ਼ਰਮਾ ਇਹਦਾ ਸਰ ਨਾਂ ਹੈ ਜੀ, ਇਹਦੇ ਫਾਦਰ ਸਾਹਿਬ ਦਾ ਨਾਮ ਆ ਰਾਮਪਾਲ ਸ਼ਰਮਾ। ਇਹ ਗਲੀ ਦੇਵਾ ਸਿੰਘ ਬਾਜ਼ਾਰ ਲੁਹਾਰਾਂ ਵਾਲਾ ਚੌਂਕ ਲਛਮਣ ਸਰ ਅੰਮ੍ਰਿਤਸਰ ਦਾ ਰਹਿਣ ਵਾਲਾ ਆਧਾਰ ਕਾਰਡ ਦੇ ਮੁਤਾਬਕ, ਅਤੇ ਕੋਈ ਇੰਜਰੀ ਨਹੀਂ ਇਹਦੇ, ਅਤੇ ਇਹਦੀ ਵੈਰੀਫਾਈ ਕਰ ਰਹੇ ਹਾਂ ਆਪਾਂ, ਤਫਤੀਸ਼ ਕਰ ਰਹੇ ਹਾਂ ਇਹਦੇ, ਨਹੀਂ ਦੇਖ ਰਹੇ ਹਾਂ, ਸਰਚ ਕਰ ਰਹੇ ਹਾਂ, ਜੋ ਵੀ ਹੋਇਆ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਨੀ।
ਉਮਰ ਤਕਰੀਬਨ ਤਕਰੀਬਨ ਇਹਦੀ 26-27 ਸਾਲ ਇਹਦੀ ਏਜ ਹੈ ਲੜਕੇ ਦੀ। ਬਾਕੀ ਇਹਦੇ ਪਰਿਵਾਰ ਨਾਲ ਹੀ ਸੰਬੰਧ ਕਾਇਮ ਕਰ ਰਹੇ ਹਾਂ, ਉਸ ਤੋਂ ਬਾਅਦ ਆਪਾਂ ਜੋ ਵੀ ਇਨਵੈਸਟੀਗੇਸ਼ਨ 'ਚ ਆਊਗਾ ਆਪਾਂ ਉਹਨੂੰ ਲੈਵਾਂਗੇ।